ਜੇ ਵਦਾਂਗੇ ਪਟਿਆਲਾ ਦੇ ਸੰਵੀਰ ਸਿੰਘ ਨੂੰ ਇੰਡੀਅਨ ਪ੍ਰੀਮੀਅਰ ਲੀਗ 2023 ਲਈ ਚੁਣਿਆ ਗਿਆ 26 ਸਾਲਾਂ ਸੰਵੀਰ ਸਿੰਘ ਨੂੰ ਆਈਪਲ ਲਈ ਹਾਈਦਰਾਬਾਦ 20 ਲੱਖ ਰੁਪਏ ਵਿੱਚ ਖਰੀਦਿਆ ਗਿਆ ਹੈ ক্রিকেট ਵਿੱਚ 올 ਰਾਉਂਡਰ ਸੰਵੀਰ ਦੇ ਘਰ ਜਸ਼ਨ ਦਾ ਮਾਹੌਲ ਹੈ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੇ ਪੁੱਤਰ ਤੇ ਬਹੁਤ ਮਾਣ ਹੈ ਕਿਉਂਕਿ ਉਸਨੇ ক্রিকেট ਵਿੱਚ ਕਾਫੀ ਮਿਹਨਤ ਕੀਤੀ ਹੈ ক্রিকেট ਵਿੱਚ 올 ਰਾਉਂਡਰ ਸੰਵੀਰ ਦੇ ਘਰ ਜਸ਼ਨ ਦਾ ਮਾਹੌਲ ਨਜ਼ਰ ਆ ਰਿਹਾ ਕਿਉਂਕਿ ਹਦਰਾਬਾਦ ਸਨਵਾਇਜ਼ਰਸ ਨੇ ਸੰਵੀਰ ਸਿੰਘ ਨੂੰ ਆਪਣੀ ਟੀਮ ਲਈ ਇੱਥੇ ਖਰੀਦਿਆ ਇੱਥੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਨਜ਼ਰ ਆ ਰਿਹਾ ਹੈ ਦੇ ਛੋਟੇ ਵਾਲੇ ਖਿਲਾਉਣੀ ਨਹੀਂ ਹੈਗੇ ਸਾਡੇ ਕੋਲੇ ਪਰ ਇਥੇ ਵੇਖਿਆ ਗਿਆ ਕਿ ਦਾਦੀ ਭਾਵੁਕ ਹੁੰਦੇ ਨਜ਼ਰ ਆਏ ਤੇ ਉਹ ਅਵਾਰਡਸ ਦੀਆਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜੋ ਹੁਣ ਤੱਕ ਸੰਵੀਰ ਨੇ ਹਾਸਲ ਕੀਤੇ ਨੇ ক্রিকেট ਵਿੱਚ ਆਲ ਰੌਂਡਰ ਸੰਵੀਰ ਦੇ ਘਰ ਜਸ਼ਨ ਦਾ ਮਾਹੌਲ ਇਥੇ ਨਜ਼ਰ ਆ ਰਿਹਾ ਤੇ ਇਥੇ ਇਹ ਬੈਟਸ ਤੁਸੀਂ ਵੇਖ ਸਕਦੇ ਹੋ ਸੰਵੀਰ ਦੇ ਤੇ ਇਸ ਤੋਂ ਇਲਾਵਾ ਬਾਲ ਇੱਥੇ ਹੱਥ ਵਿੱਚ ਪਰਿਵਾਰਕ ਮੈਂਬਰ ਫੜੇ ਹੋਏ ਨਜ਼ਰ ਆ ਰਹੇ ਨੇ ਜੋ ਜੋ ਉਹਨਾਂ ਨੂੰ ਇਨਾਮ ਵਜੋਂ ਪੂਰੇ ਕਰੀਅਰ ਵਿੱਚ ਮਿਲੇ ਹੋਏ ਨੇ ਬਚਪਨ ਤੋਂ ਜੋ ਇਨਾਮ ਜਿੱਤੇ ਨੇ ਉਸ ਦੀਆਂ ਤਸਵੀਰਾਂ ਤੁਸੀਂ ਇੱਥੇ ਵੇਖ ਸਕਦੇ ਹੋ। ਹਨਵੀਰ ਜੋ ਆਈਪੀਐਲ ਦੀ ਕ੍ਰਿਕਟਰ ਬਣ ਚੁੱਕਾ ਹੈ ਹైదరాబాద్ ਸਨਰਾਈਜ਼ਡ ਟੀਮ ਵੱਲੋਂ ਬੇਤੇ ਦੇ ਨਹੀਂ ਉਹਨੂੰ ਕਮੇ ਟੀਮਸ ਲਿਆ 20 ਲੱਖ ਰੁਪਏ ਉਹਦਾ ਮੁਆਵਜ਼ਾ ਤੈ ਕੀਤਾ ਗਿਆ। ਅੱਜ ਅਸੀਂ ਪਹੁੰਚਿਆ ਸਨਵੀਰ ਦੇ ਘਰ ਜੋ ਉਹਨਾਂ ਦੇ ਪਿਤਾ ਜੋ ਇਥੇ ਪਟਿਆਲੇ ਰਹਿੰਦੇ ਨੇ ਰੇਲਵੇਜ਼ ਜੌਬ ਕਰਦੇ ਨੇ ਉਹਨਾਂ ਨੂੰ ਜਾਣ ਦੇ ਵਿੱਚ ਕਿੰਨੀ ਖੁਸ਼ੀ ਉਹਨਾਂ ਨੂੰ ਹੋਈ ਹੈ ਸਾਡੇ ਨਾਲ ਸੁਖਦੇਵ ਸਿੰਘ ਉਹਨਾਂ ਦੇ ਪਿਤਾ ਨੇ ਸੰਵੀਰ ਜੋ ਹైదరాబాద్ ਸਨਰਾਈਜ਼ ਦੀ ਟੀਮ ਚ ਚੁਣਿਆ ਗਿਆ ਔਰ ਇਸ ਵੇਲੇ ਤ੍ਰਿਪੁਰਾ ਚ ਉਹ ਰஞ்சி ਟਰਾਫੀ ਮੈਚ ਖੇਡਣ ਗਿਆ ਸੁਖਦੇਵ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰਾ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਸਰ ਕੀ ਕੀ ਕਿ ਲੱਗਦਾ ਕਾਫੀ ਮਿਹਨਤ ਕੀਤੀ ਹੈ ਤੁਸੀਂ ਸੰਵੀਰ ਦੇ ਪਿੱਛੇ ਬੜੀ ਘਾਲਣਾ ਮੈਂ ਸੋਣ ਤਰਨ ਗੱਲਬਾਤ ਕਰ ਰਿਹਾ ਸੀਗਾ ਉਹ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਸਰ ਹੁਣ ਕੰਪੀਟੀਸ਼ਨ ਇੰਨਾ ਹੋ ਗਿਆ ਵੀ ਮਿਹਨਤ ਕਰੇ ਤੋਂ ਬਿਨਾ ਫਲ ਨਹੀਂ ਮਿਲਦਾ ਤੇ ਇਹਦੇ ਨਾਲ ਮਾਪਿਆਂ ਨੂੰ ਨਾਲ ਸਾਥ ਦੇਣਾ ਪੈਂਦਾ ਫੇਰ ਹੀ ਬੱਚਾ ਪੂਰਾ ਮਤਲਬ ਗੇਮ ਨੂੰ ਅਪ ਕਰ ਸਕਦਾ ਤੁਸੀਂ ਸੰਵੀਰ ਵਾਸਤੇ ਸਪੈਸ਼ਲ ਇੱਕ ਗਰਾਊਂਡ ਤਿਆਰ ਕੀਤਾ ਉਹਦੀ ਪਿਚ ਤਿਆਰ ਕੀਤੀ ਉਹਦੇ ਪ੍ਰੈਕਟਿਸ ਵਾਸਤੇ ਹੋਕੀ ਸਾਰਾ ਮੰਜ਼ਰ ਕਿਸ ਤਰ੍ਹਾਂ ਸਾਰਾ ਹੋਇਆ ਉਹ ਸਰ ਇਦਾਂ ਹੋਇਆ ਬੇਟਾ ਦਾ ਅੰਡਰ 14 ਵੇਲੇ ਖੇਡਣ ਗਿਆ ਸੀ ਬੰਬੇ ਉਦੋਂ ਅੰਪਾਇਰਾਂ ਨੇ ਕਿਹਾ ਸੀ ਵੀ ਤੁਸੀਂ ਇੰਨੀ ਦੂਰ ਬੱਚੇ ਵਾਸਤੇ ਕਹਨੂੰ ਟਾਈਮ ਵੇਸਟ ਕਰਦੇ ਹੋ ਵੀ ਇਹਦੇ ਵਾਸਤੇ ਕਿੰਨਾ ਚਿਰ ਪ੍ਰੈਕਟਿਸ ਕਰਦਾ ਮੈਂ ਹੈ 3-4 ਘੰਟੇ ਤੋ ਕਹਿੰਦੇ ਬੈਟਿੰਗ ਮੈਂ ਬੈਟਿੰਗ 10-15 ਮਿੰਟ ਕਰ 10-15 ਮਿੰਟ ਵਿੱਚ ਇਹ ਇੰਡੀਆ ਥੋੜੀ ਖੇਲੇਗਾ ਤੋ ਫਿਰ ਮੈਂ ਉਹਨਾਂ ਨੂੰ ਮਤਲਬ ਉਹ ਦਿਮਾਗਚਾਰ ਰੱਖ ਕੇ ਮੈਂ ਘਰੇ ਗਰਾਊਂਡ ਬਣਾਈ ਫਿਰ ਕੋਚ ਨੂੰ ਵੀ ਨਾਲ ਲਿਆਂਦਾ ਦਲੀਪ ਜਾਦੂ ਨੂੰ ਇਹਨੂੰ ਪਲੇਅਰ ਬਣਾ ਬਧੀਆ ਵੀ ਇੰਨੇ ਨੇ ਬੋਲਾ ਖੇਡੇਗਾ ਮੈਂ ਇਦਾਂ ਕਿਹਾ ਵਾ ਫਿਰ ਇੱਥੇ ਉਹ ਡੇਡ ਡੇਡ ਦੋ ਦੋ ਘੰਟੇ ਬੈਠ ਨਾਲ ਝੂਜਾ ਰਹਿੰਦਾ ਸੀ ਤੇ ਆਈਪਲ ਤੋਂ ਪਹਿਲਾਂ ਕੀ ਉਹਦਾ ਸਫਰ ਸੀ ਕਿੱਥੇ ਕਿੱਥੇ ਖੜੇ ਆਈਪਲ ਤੋਂ ਪਹਿਲਾਂ ਸਾਰਾ ਉਹ ਸਾਰੇ ਮੈਟਰ ਅੰਡਰ 16 ਤੋਂ ਲੈ ਕੇ 19 23 ਏਸ਼ੀਆ ਕੱਪ ਵੀ ਖੇਡਿਆ ਉਹ ਇੰਡੀਆ ਵੱਲੋਂ ਪਾਕਿਸਤਾਨ ਨੇ ਵੀ ਬਹੁਤ ਵਧੀਆ ਰਨ ਕੀਤੇ ਆ ਉਹਨੇ 80 ਰਨ ਕੀਤੇ ਸੀ ਤੇ ਰਨ ਆਊਟ ਹੋ ਗਿਆ ਨਹੀਂ ਤਾਂ ਟੀਮ ਚੈਂਪੀਅਨ ਹੁੰਦੀ ਤੇ ਉਸ ਤੋਂ ਬਾਅਦ ਫਿਰ ਇਹ ਮੁਸਤਾਕਲੀ ਵਿਜੇ ਜਹਾਂ ਟਰਾਫੀ ਤੇ ਫਿਰ ਰਾਂਜੀ ਟਰਾਫੀ ਖੇਡ ਰਿਹਾ ਹੁਣ ਅੱਜ ਵੀ ਰੰਜੀ ਟਰਾਫੀ ਦਾ ਮੈਚ ਖੇਡਣ ਗਿਆ ਤੇਪੁਰਾ ਖੇਡਣ ਗਿਆ ਜੀ ਸੈਂਟ ਪੀਟਰਸ ਸਕੂਲ ਚ ਪੜਦਾ ਸੀ ਫਿਰ ਬਾਈਪੀਐਸ ਕੀਤੀਆਂ ਨੇ ਪਲੱਸ 2 ਹਾਂਜੀ ਮੋਦੀ ਕਾਲਜ ਤੋਂ ਬੀਕਮ ਕੀਤੀ ਆ ਹੁਣ ਐਮਕਮ ਕਰ ਰਿਹਾ ਮੋਦੀ ਕਾਲਜ ਹਾਂਜੀ ਸਟੱਡੀ ਕੰਪਲੀਟ ਹੋ ਗਈ ਜਾਂ ਜੌਬ ਕਰ ਰਹੇ ਕਿ ਹਾਂਜੀ ਜੌਬ ਇਹਦੀ ਆਈਟੀ ਕੰਪਨੀ ਚ ਲੱਗੀ ਹੋਈ ਆ ਹਾਂਜੀ ਸਟੱਡੀ ਵੀ ਚੱਲ ਰਹੀ ਆ ਪਤਾ ਜੀ ਕਿਵੇਂ ਲੱਗਦਾ ਹੈ ਸੰਵੀਰ ਤੁਹਾਡਾ ਪੁੱਤ ਹੈ ਨੇ ਇਹਦਾ ਨਾਮ ਕਟਿਆ ਬਹੁਤ ਜ਼ਿਆਦੇ ਹਾਂ ਖੁਸ਼ੀ ਵੀ ਬਹੁਤ ਜ਼ਿਆਦੇ ਆ

ਉਹ ਜਿਸ ਕਾਜ ਉਸਕੋ ਰਿਜ਼ਲਟ ਮਿਲੇ ਜੋ ਇਹਨਾਂ ਨੇ ਮਿਹਨਤ ਕੀਤੀ ਆਪਣੇ ਬੱਚੇ ਵਾਸਤੇ ਅਸੀਂ ਦੇਖਦੇ ਨਾ ਮੈਨੂੰ ਵੀ 5 ਸਾਲ ਹੋ ਗਏ ਇਹਨਾਂ ਦੇ ਨਾਲ ਤੇ ਪਰ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਆਪਣੇ ਬੱਚੇ ਵਾਸਤੇ ਪਰ ਬੱਚੇ ਨੇ ਵੀ ਉਹਨਾਂ ਹੀ ਸਾਥ ਦਿੱਤਾ ਅੱਜ ਆਈਪੀਐਲ 'ਚ ਇਹਨਾਂ ਦੀ ਸਿਲੈਕਸ਼ਨ ਹੋਈ ਸਾਰਿਆਂ ਨੂੰ ਬਹੁਤ ਖੁਸ਼ੀ ਆਈ ਹੈ ਹైదరాబాద్ ਸਾਨਯੂ ਇਸ ਟੀਮ ਨੇ 20 ਲੱਖ ਰੁਪਏ 'ਚ ਉਸਨੂੰ ਉਹਦਾ ਮੁੱਲ ਪਾਇਆ ਤੇ ਆਉਂਦੇ ਸਮੇਂ ਤੱਕ ਪਰਿਵਾਰ ਅਤੇ ਕੋਚ ਸਾਹਿਬ ਤੋਂ ਵੱਲੋਂ ਕਿਛਾਵਨ ਨੇ ਕਿ ਸਨਵੀਰ ਜਿਹੜਾ ਹੈਗਾ ਇੰਡੀਅਨ ਟ੍ਰਿਕ ਕ੍ਰਿਕਟ ਟੀਮ ਲਈ ਇੱਕ ਦਿਨ ਜ਼ਰੂਰ ਖੜੇਗਾ। ਕੈਮਰਾ ਪਸੰਦ ਰਵੇ ਚੱਪਲ ਦੇ ਨਾਲ ਗਗਨਦੀਪ ਪੂਜਾ ਪੀਟੀਸੀ ਨਿਊਜ਼ ਪਟਿਆਲਾ।